ਤੀਸਰੇ ਐਡਵਾਂਸ ਐਸਟੀਮੇਟ ਭਾਰਤ ਸਰਕਾਰ ਨੇ ਫੂਡ ਗ੍ਰੇਨ ਦੇ ਜਾਰੀ ਕੀਤੇ ਨੇ ਦੂਸਰੇ ਐਸਟੀਮੇਟ ਫਰਵਰੀ ਦੇ ਮਹੀਨੇ ਚ ਜਾਰੀ ਕੀਤੇ ਸੀਗੇ ਉਹ ਜਿਹੜੇ ਅਨੁਮਾਨ ਲਗਾਏ ਉਹਨਾਂ ਨੇ ਤੁਸੀਂ ਐ ਐਮ ਐਸ ਪੀ ਅਨਾਉਂਸ ਕਰ ਦਿੱਤੀ ਇਹਦਾ ਮਤਲਬ ਇਸ ਭਾ ਦੇ ਜਿਹੜੀ ਕਣਕ ਝੋਨਾ ਖਰੀਦਿਆ ਜਾਣਾ ਤੇ ਛੱਬੀ ਹੋਰ ਫਸਲਾਂ ਖਰੀਦੀਆਂ ਜਾਣੇ ਸ਼ੁਰੂ ਹੋ ਗਈਆਂ ਬਿਲਕੁਲ ਗਲਤ ਆ ਇਹ ਬੜਾ ਵੱਡਾ ਮਿਸਕਨਸੈਪਸ਼ਨ ਹੈ ਪੰਜਾਬ ਚ ਮੈਜੋਰਿਟੀ ਚ ਖਰੀਦੀ ਗਈ ਜੇ ਹੁਣ ਸਾਰੇ ਭਾਰਤ ਦਾ ਤੁਸੀਂ ਇੱਕ ਅੰਦਾਜ਼ਾ ਲਾਓਗੇ ਤੇ ਬੜੇ ਅੱਖਾਂ ਪਾੜਨ ਵਾਲੇ ਅੰਕੜੇ ਨੇ ਸਾਰੇ ਦੇਸ਼ 'ਚ ਸਿਰਫ 50% ਦੇ ਕੋਲ ਝੋਨਾ ਖਰੀਦਿਆ ਗਿਆ ਐ ਐਮਐਸਪੀ ਤੇ ਹੂੰ ਹੂੰ ਤੋਂ ਐਨੇ ਮਤਲਬ ਖਤਰਨਾਕ ਨੂੰ ਵੀ ਜੇ 1302 ਲੱਖ ਟਨ ਦੇ ਕੋਲ ਸਾਰੇ ਕੰਟਰੀ ਦੀ ਜੋ ਪ੍ਰੀਲਿਮਿਨਰੀ ਡਾਟਾ ਪਬਲਿਕ ਡੋਮੇਨ 'ਚ ਆਇਆ ਐਨਾ ਝੋਨਾ ਪੈਦਾ ਹੋਇਆ ਉਹਦੇ ਵਿੱਚੋਂ ਸਿਰਫ 50% ਖਰੀਦਿਆ ਗਿਆ ਦਾ ਮਤਲਬ ਬਾਕੀ ਦੇ ਦਾ ਕੋਈ ਮੁੱਲ ਨਹੀਂ ਲੱਗਿਆ ਅੱਗੇ ਜੇ ਵਾਧੇ ਆ ਤੇ ਕਣਕ ਦੇ ਉੱਤੇ ਆ ਜੰਨੇ ਆ ਤੇ ਸਿਰਫ 187 ਲੱਖ ਟਨ ਜਿਹੜੀ ਐ ਸਰਕਾਰ ਨੇ ਪਬਲਿਕ ਡਿਸਟ੍ਰਿਬਿਊਸ਼ਨ ਲਈ ਖਰੀਦੀ ਕਣਕ ਉਹ 17% ਬੰਦੀ ਤੇਲ ਦਾਲਾਂ ਮੂੰਗੀ ਇਹ ਫ੍ਰੈਕਸ਼ਨ ਆਫ ਅ ਪਰਸੈਂਟ ਚ ਚਲੇ ਗਈਆਂ ਅੱਧਾ ਪਰਸੈਂਟ ਵੀ ਨਹੀਂ ਗਈਆਂ ਹੁਣ ਪਹਿਲਾਂ ਕਿਸਾਨੀ ਨੇ ਪੈਦਾ ਕੀਤੀ ਸਰੋਂ 4800 ਰੁਪਏ 4700 ਰੁਪਏ ਦੇ ਕੋਲ ਸਰੋਂ ਵੇਗਦੀ ਰਹੀ ਕਿੱਥੇ ਐਮਐਸਪੀ ਉਸ ਤੋਂ ਬਾਅਦ ਆ ਗਈ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਕੋਈ ਕਿਸਾਨ ਹੱਥ ਖੜਾ ਕਰਕੇ ਕੋਈ ਕਾਰੋਬਾਰੀ ਖੜਾ ਖੱਤ ਕੇ ਹੱਥ ਕਹਿ ਦੋਏ ਕਿ ਮੈਂ 5000 5400 5300 ਤੋਂ ਉੱਪਰ ਵੇਚੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਦੇ ਉੱਤੇ ਕਿਹੋ ਜੀ ਵਿਵਪਤਾ ਪੈਣ ਵਾਲੀ ਹੈ ਜਿਸ ਤੋਂ ਪਹਿਲਾਂ ਹੀ ਸੁਚੇਤ ਹੋ ਜਾਣ ਕੀ ਹੈ ਜਿੰਨੀ ਐਮਐਸਪੀ ਹੁਣ ਚੱਲੀ ਆ ਰਹੀ ਹੈ ਇਹ ਕੰਟੀਨਿਊ ਰਹੂਗੀ ਇਹ ਕੰਸਿਸਟੈਂਸੀ ਬਣੀ ਰਹੂਗੀ ਕਿ ਜੇ ਇਹ ਵੀ ਖਤਮ ਹੋਣ ਤੇ ਇੱਕ ਗਾਰ ਤੇ ਐਮਐਸਪੀ ਤਾਂ ਬਣੀ ਰਹੇਗੀ ਕਿਉਂਕਿ ਦੇਸ਼ ਦੀ ਖਾਦ ਸੁਰੱਖਿਆ ਪਿੱਛੇ 2013 ਚ ਖਾਦ ਸੁਰੱਖਿਆ ਦੇ ਉੱਤੇ ਬਿੱਲ ਪਾਸ ਹੋ ਗਿਆ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਫੂਡ ਸਿਕਿਉਰਿਟੀ ਦੇਣਾ ਉਹਦੇ ਲਈ ਪ੍ਰੋਕਿਊਰਮੈਂਟ ਲਈ ਕਰਨੀ ਜ਼ਰੂਰੀ ਹੈ ਇਹ ਆ ਦੇਸ਼ ਦੇ ਵਿੱਚ ਇੰਪੋਰਟ ਕੀਤੀ ਜਾਏਗੀ ਹੁਣ ਜਿਹੜੇ ਵਿੱਚ ਕੁਝ ਹੋ ਸਕਦੇ ਨੇ ਜਿਹੜੇ ਊਨਤਾਈਆਂ ਰਹਿ ਗਈਆਂ ਨੇ ਉਹ ਊਨਤਾਈਆਂ ਸਮਾ ਰਹਿੰਦੇ ਆ ਉਹ ਕਲੀਅਰ ਹੋਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਉਹਨਾਂ ਐਡਵਾਂਸ ਐਸਟੀਮੇਟ ਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ਹੈ ਕਿ 13 ਅੰਕ 1300 ਲੱਖ ਟਨ ਦੇ ਕੋਲ ਕੋਲ ਕਣਕ ਹੋਏਗੀ ਤੇ ਜੇ ਕਣਕ ਹੀ ਉੱਥੇ 1250 ਦੇ ਕੋਲ ਪਹੁੰਚੀ ਇਹਦਾ ਮਤਲਬ ਵੀ 50 ਤੋਂ 70 ਲੱਖ ਟਨ ਦਾ ਘਾਪਾ ਪੈ ਗਿਆ ਉਸ ਨੂੰ ਕਿਦਾਂ ਪੂਰਾ ਕੀਤਾ ਜਾਏਗਾ ਦੂਸਰੀ ਗੱਲ ਇਹ ਜਦੋਂ ਤੱਕ ਕਿਸਾਨੀ ਦਾ ਸਰਵਾਈਵਲ ਨਹੀਂ ਹੈ ਇਹ ਜੋ ਕਿਸਾਨੀ ਐਸ ਵੇਲੇ ਦੇਸ਼ ਦੇ ਵਿੱਚ ਚੱਲ ਰਹੀ ਹੈ ਲਾਹੇਵੰਦਾ ਧੰਦਾ ਤੇ ਧੰਦੇ ਦਾ ਤਾਂ ਕੰਮ ਹੀ ਨਹੀਂ ਹੈ ਇਹ ਤੇ ਸਿਰਫ ਵੇ ਆਫ ਲਾਈਫ ਆ ਕਿਉਂਕਿ ਉਹ ਕਿਸਾਨ ਹੁਣ ਹੋਰ ਕੋਈ ਕੰਮ ਕਰ ਨਹੀਂ ਸਕਦਾ ਉਹਦੇ ਜਿਹੜੇ ਬੱਚੇ ਨੇ ਅੱਗੇ ਵੱਧ ਗਏ ਨੇ ਉਹ ਖੇਤੀਬਾੜੀ ਕਰਨਾ ਨਹੀਂ ਚਾਹੁੰਦੇ ਤੇ ਜਿਹੜਾ ਕਿਸੇ ਨੂੰ ਦੇਖਦਾ ਕਿ ਵੱਡੀ ਕਾਰ ਹੈ ਕਿਸੇ ਕੋਲ ਰਹਿਣ ਦਾ ਚੰਗਾ ਪੱਕਾ ਮਕਾਨ ਬਣਾ ਲਿਆ ਕਦੇ ਚੈੱਕ ਕਰਿਓ ਉਹਦੇ ਪਿੱਛੇ ਉਹਦਾ ਸਹਾਇਕ ਧੰਦਾ ਹੋਏਗਾ ਐਸ ਵੇਲੇ ਕਿਸਾਨੀ ਬਹੁਤ 33% ਦੇ ਕੋਲ ਐਸਾ ਕਿਸਾਨ ਹੈ ਤੇਜ ਦੇ ਵਿੱਚ ਜਿਹੜਾ 5 ਏਕੜ ਤੋਂ 5 ਏਕੜ ਤੋਂ ਥੱਲੇ ਦਾ ਹੈ ਉਹਦੇ ਲਈ ਸਰਕਾਰ ਨੂੰ ਹਰ ਹਾਲਜ ਖਲੋਣਾ ਪਾਏਗਾ ਉਹਦੇ ਨਾਲ ਦੂਸਰੇ ਪਾਸੇ ਜਿੰਨੀ ਵੱਡੀ ਪਾਪੂਲੇਸ਼ਨ ਹੈ 62% ਰੂਰਲ ਏਰੀਆਜ਼ ਦੇ ਵਿੱਚ ਉਹਦੇ ਲਈ ਜੇ ਤੁਸੀਂ ਉਹਨਾਂ ਨੂੰ ਅਲਾਉ ਕਰਦੇ ਹੋ ਹਿਜਰਤ ਲਈ ਅਰਬਨ ਏਰੀਆ ਜੀ ਆਣਗੇ ਹੋਰ ਕਿੱਥੇ ਜਾਣਾ ਉਹਨਾਂ ਨੇ ਆ ਵਿਦੇਸ਼ ਜਾਣ ਵਾਲੀਆਂ ਚੀਜ਼ਾਂ ਉਹ ਨਾ ਮਾਤਰ ਨੇ ਜਿੱਥੇ 130 ਕਰੋੜ ਤੋਂ ਵੱਧ ਦੀ ਪਾਪੂਲੇਸ਼ਨ ਦੇ ਵਿੱਚ ਜੇ 1% ਬਾਹਰ ਚਲੇ ਜਾ ਰਿਹਾ ਤੇ 1.5 ਕਰੋੜ ਬੰਦਾ ਬਾਹਰ ਚਲੇ ਗਿਆ ਇਸ ਤੋਂ ਵੱਧ ਕਿੰਨਾ ਜਾਏਗਾ ਬਾਕੀ ਲਈ ਤੇ ਇੱਥੇ ਕੁਝ ਕਰਨਾ ਪਏਗਾ ਨਾ ਤੇ ਜੇ ਅਰਬਨ ਮਾਈਗ੍ਰੇਸ਼ਨ ਸ਼ੁਰੂ ਹੁੰਦੀ ਹੈ ਤੇ ਅਰਬਨ ਇਨਫਰਾਸਟ੍ਰਕਚਰ ਤੇ ਸਾਡਾ ਆਲਰੇਡੀ ਭਾਰ ਥੱਲੇ ਦੱਬਿਆ ਪਿਆ ਜੇ ਕੋਈ ਇੱਕ ਨਵਾਂ ਬੰਦਾ ਆਂਦਾ ਉਹਨੂੰ ਘੱਟ ਤੋਂ ਘੱਟ 50 60 ਲੀਟਰ ਪਾਣੀ ਚਾਹੀਦਾ ਉਹਨੂੰ ਸੋ ਸਰਕਾਰ ਲਈ ਬੈਟਰ ਇਹੋ ਹੀ ਹੈ ਕਿ ਇਹਨਾਂ ਦੀ ਖੇਤੀਬਾੜੀ ਦੇ ਆਲੇ ਦੁਆਲੇ ਹੀ ਤਾਣਾ ਬਾਣਾ ਬੁਣਿਆ ਜਾਵੇ ਉਹਦੇ ਚ ਇਨਵੋਲਵਮੈਂਟ ਰਵੇ ਉਹਦੇ ਚ ਏਮਪਲੋਇਮੈਂਟ ਹੋਵੇ ਉਹਦੇ ਚ ਹੀ ਆਮਦਨੀ ਹੋਵੇ ਤੇ ਉਹਦੇ ਵਿੱਚ ਹੀ ਫਿਊਚਰ ਦਾ ਸਕੋਪ ਹੋਵੇ ਕਿ ਐਕਸਪੋਰਟ ਲਈ ਖੋਲਿਆ ਜਾਵੇ ਭਾਰਤ ਇੱਕ ਐਸਾ ਦੇਸ਼ ਆ ਜਿਹਦੇ ਵਿੱਚ ਤੁਹਾਨੂੰ ਐਡਕੁਏਟ ਸਨਲਾਈਟ ਮਿਲਦੀ ਹੈ ਜੇ ਤੁਸੀਂ ਈਸਟ ਫਾਰ ਈਸਟ ਵੱਲ ਚਲੇ ਜਾਓ ਛੋਟੇ ਦਿਨ ਨੇ ਜੇ ਮਿਡਲ ਈਸਟ ਚ ਚਲੇ ਜਾਓ ਤੇ ਬਹੁਤ ਜ਼ਿਆਦਾ ਗਰਮੀ ਹੈ ਸੈਂਟਰਲ ਯੂਰਪ ਚ ਚਲੇ ਜਾਓ ਤੇ ਅੱਧਾ ਸਾਲ ਤੇ ਉਹ ਬਰਫ਼ ਚ ਡੁਪੇ ਰਹਿੰਦੇ ਨੇ ਨਾਰਥ ਅਮਰੀਕਾ ਚ ਚਲੇ ਜਾਓ ਤੇ ਗਿਣੀ ਚੁਣੀ ਕਿਤੇ ਧੁੱਪ ਆਂਦੀ ਹੈ ਇਹ ਇੱਕ ਖੁਦਾ ਦਾਤ ਚੀਜ਼ ਮਿਲੀ ਏ ਪ੍ਰਮਾਤਮਾ ਦੀ ਕਿਰਪਾ ਰਹੀ ਏ ਇਹਦੇ ਜੇ ਸਨਲਾਈਟ ਏ ਸਾਫ ਸਪਸ਼ਟ ਪਾਣੀ ਏ ਔਰ ਜ਼ਮੀਨ ਜ਼ਰਖੇਜ਼ ਏ ਇਹਦੇ ਰਾਹੀਂ ਜਿੱਥੇ ਸਭ ਤੋਂ ਵੱਡਾ ਗ੍ਰੋਥ ਇੰਜਨ ਬਣ ਸਕਦਾ ਐ ਐਗਰੀਕਲਚਰ ਉੱਥੇ ਸਭ ਤੋਂ ਵੱਡਾ ਏਮਪਲੋਇਮੈਂਟ ਜਨਰੇਸ਼ਨ ਇੰਜਨ ਹੈਗਾ ਹੁਣ ਡੈਨਮਾਰਕ ਵਰਗੇ ਛੋਟੇ ਕੰਟਰੀ ਨੇ ਇਜ਼ਰਾਈਲ ਵਰਗੇ ਬਹੁਤ ਛੋਟੇ ਕੰਟਰੀ ਨੇ 2 ਘੰਟਿਆਂ ਦੇ ਇੱਕ ਪਾਸਿਓਂ ਕੰਟਰੀ ਨਿਕਲੋ ਤੇ ਕ੍ਰਾਸ ਕਰ ਜਾਂਦੇ ਇੱਥੇ ਤੇ ਜਿਲੇ ਇਹੋ ਜਿਹੇ ਨੇ ਪੰਜਾਬ ਦੇ ਬਰਾਬਰ ਦੋ ਜ਼ਿਲ੍ਹੇ ਹੋ ਜਾਂਦੇ ਨੇ ਰਾਜਸਥਾਨ ਦੇ ਹਮ ਬੈਸਟ ਬੰਗਾਲ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਹੈ ਤੇ ਇੱਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬਰਾਬਰ ਹੋ ਜਾਂਦੇ ਨੇ ਜੇ ਬੀਕਾਨੇਰ ਲੈ ਲਓ ਜੈਸਲਮੇਰ ਲੈ ਲਓ ਜਾਂ ਦਾਰਜਲਿੰਗ ਲੈ ਲਓ ਐਡੇ-ਐਡੇ ਵੱਡੇ ਜ਼ਿਲ੍ਹੇ ਨੇ ਉਹਨਾਂ ਲਈ ਇੱਕ ਲੋਕਲ ਸਪੈਸੀਫਿਕ ਲੋੜ ਮੁਤਾਬਕ ਇਹ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਐਗਰੀਕਲਚਰ ਇੱਕ ਐਸਾ ਤੋੜਾ ਹੈ ਜਿਹੜਾ ਤੁਹਾਨੂੰ employment ਦਏਗਾ ਤੇ ਜਿਹੜਾ ਤੁਹਾਡਾ prosperity ਕਰੇਗਾ ਜੇ ਉਹ ਕੰਟਰੀਆਂ ਦੇ ਛੋਟੇ ਕੰਟਰੀਆਂ ਦੇ ਵਿੱਚੋਂ ਦੁੱਧ ਉਤਪਾਦ ਐਕਸਪੋਰਟ ਹੋ ਰਹੇ ਨੇ ਤੇ ਸਾਡੇ ਦੇਸ਼ 'ਚ ਕੀ ਮੁਸ਼ਕਲ ਹੈ ਪੰਜਾਬ ਦੇ ਵਿੱਚ ਕੀ ਮੁਸ਼ਕਲ